साहिब जी चक्र चिन्ह अर बरन जात अर पात नहिंदे रूप रंग अर रेख पेख को कह ना सकत के अचल मूरत अनुभव प्रकाश अमित तोज कह जाय कोट इंद्र इंद्राण साहे साहन गणज त्रिपवन महीप सुर नर असुर नेत नेत बन त्रिण कहत तय सर्व नाम कथ कवन कर्म नाम वर्णत सुमत मुख उचर शास्त्र खट पिंग गिरन चढ़ जाए अंध लख बदरो सुने जो काल कृपा कराए कहां बुद्ध प्रभ तुच्छ हमारी वर्ण सके महिमा जो तिहारी हम न सकत कर सिफत तुम्हारी आपले हो तुम कथा सुधारी ज्यों बुलाव है त्यों बोल है स्वामी कुदरत कवन हमारी सात संग नानक जस गायो जो प्रभ की अत प्यारी सतनाम श्री वाहिगुरु साहिब जी एक ओंकार सतगुर प्रसाद महला चौथा राग आसा कर सेवा के तीजा हाथ कर तंत बजावै योगी पोथर बाजै बेन गुरमत हर गुण बोलहो योगी यह मनुआ हर रंग भेन योगी हर देवो मती उपदेश जुग जुग हर हर एको वर्त इसे आगे हम आदेश योगी हर देवो मती उपदेश वाहे गुरु जी का खालसा वाहे गुरु जी की फतेह परम सम्मान जोग चवर शतर तख्त दे मालक जुगो जुग अटल तन तन आदि सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर साहिब श्री गुरु तेग बहादुर साहिब महाराज जी दे महान पावन पवित्र तप स्थान गुरुद्वारा श्री भोरा साहिब पातशाही नौवीं विखे अमृत वेले दे समय तों सजे हुए दीवाना दे विच हाजरियां पर रहे दर्शन दिदारे सेवावां करके जीवन सफल बना रहे गुरु प्यारी खालसा साध संगत जी वड्डे भाग हन जो सतगुरां दी सत संगत करन दा सानूं सुभाग समां प्राप्त हो रहा है
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਸੰਗਤ ਦੇ ਵਿੱਚ ਹਰੀ ਪਰਮੇਸ਼ਰ ਜੀ ਆਪ ਗੁਰੂ ਰੂਪ ਹੋ ਕੇ, ਸੰਗਤ ਰੂਪ ਹੋ ਕੇ, ਜੋਤ ਰੂਪ ਹੋ ਕੇ ਵਸ ਰਹੇ ਹਨ। ਮਹਾਰਾਜ ਨੇ ਸਿੱਖ ਨੂੰ ਆਪਣੇ ਸਰੀਰ ਦੇ ਇੰਦਰੀਆਂ ਨੂੰ ਸਫਲ ਕਰਨ ਦੀ ਪ੍ਰੇਰਨਾ ਕੀਤੀ ਹੈ ਗੁਰਬਾਣੀ ਦੇ ਅੰਦਰ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨਿਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਿਰਦੇ ਦੇ ਵਿੱਚ ਸਿੱਖ ਨੂੰ ਦੱਸਦੇ ਹੈ, ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਚੇਤੇ ਕਰਨਾ, ਪਰਮੇਸ਼ਰ ਦਾ ਨਾਮ ਜਪਣਾ ਹੈ। ਹੱਥਾਂ ਦੇ ਨਾਲ ਸੇਵਾ ਕਰਨੀ ਹੈ, ਪੈਰਾਂ ਦੇ ਨਾਲ ਚੱਲ ਕੇ ਸੰਗਤ ਦੇ ਵਿੱਚ ਜਾਣਾ ਹੈ, ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ ਗੁਰੂ ਕੇ, ਕੰਨਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ੁਰ ਦਾ ਹੀ ਨਾਮ ਜਾਂ ਸਰਵਣ ਕਰਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਕਰਤਾਰਪੁਰ ਸਾਹਿਬ ਗੁਰਸਿੱਖ ਆਏ, ਉਹਨਾਂ ਕਿਹਾ ਮਹਾਰਾਜ, ਤਿੰਨ ਸਿੱਖਾਂ ਨੇ ਬੇਨਤੀ ਕੀਤੀ ਵੀ ਸੌਖਾ ਹੀ ਢੰਗ ਦੱਸੋ ਜਿਹਦੇ ਨਾਲ ਤਰ ਜਾਈਏ। ਸਾਹਿਬ ਕਹਿੰਦੇ ਸੌਖਾ ਢੰਗ ਇਹੀ, ਅੱਖਾਂ ਨਾਲ ਪਰਾਏ ਰੂਪ ਨਾ ਵੇਖੋ, ਕੰਨਾਂ ਨਾਲ ਨਿੰਦਾ ਅਤੇ ਆਪਣੀ ਵਡਿਆਈ ਨਾ ਸੁਣੋ, ਜ਼ਬਾਨ ਦੇ ਨਾਲ ਕਿਸੇ ਨੂੰ ਮਾੜਾ ਬੋਲ ਨਾ ਬੋਲੋ, ਹੱਥਾਂ ਨਾਲ ਚੋਰੀ ਜਾਰੀ ਨਾ ਕਰੋ, ਪੈਰਾਂ ਨਾਲ ਮਾੜੇ ਪਾਸੇ ਚੱਲ ਕੇ ਨਾ ਜਾਓ। ਅਤੇ ਨਾਲ ਇਹ ਕਿਹਾ ਅੱਖਾਂ ਦੇ ਨਾਲ ਸਾਧੂ ਸੰਤਾਂ ਦੇ ਦਰਸ਼ਨ ਕਰਿਆ ਕਰੋ, ਕੰਨਾਂ ਦੇ ਵਿੱਚ ਹਰ ਜਸ ਸਰਵਣ ਕਰੋ, ਹੱਥਾਂ ਦੇ ਨਾਲ ਸੇਵਾ ਦਾਨ ਕਰੋ, ਪੈਰਾਂ ਨਾਲ ਚੱਲ ਕੇ ਸਤ ਸੰਗਤ ਦੇ ਵਿੱਚ ਜਾਇਆ ਕਰੋ। ਇਹੀ ਜੀਵਨ ਨੂੰ ਸਫਲ ਬਣਾਉਣ ਦਾ ਸਭ ਤੋਂ ਸੁਖੱਲਾ ਰਸਤਾ ਹੈ। ਅਤੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਆਪਾਂ ਨੂੰ ਇਹ ਸੁਖੱਲਾ ਰਸਤਾ, ਇਹ ਸੌਖਾ ਸਮਾਂ ਪ੍ਰਾਪਤ ਹੋਇਆ। ਪੁਰਾਣੇ ਸਮਿਆਂ 'ਚ ਕਠਿਨ ਤਪ ਕਰਦੇ ਹੁੰਦੇ ਸੀ, ਤਪ ਕਰਕੇ ਹਉਮੈ ਆਉਣੀ ਅਤੇ ਫਿਰ ਵੀ ਗਿਆਨ ਨਹੀਂ ਸੀ ਹੁੰਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਗੁਰੂ ਦੇ ਹਜ਼ੂਰੀ 'ਚ ਬੈਠ ਕੇ ਦਰਬਾਰ ਵਿੱਚ ਕਥਾ ਕੀਰਤਨ ਚੌਂਕੜਾ ਮਾਰ ਕੇ ਸੁਣ ਲਓ, ਇਹਦੇ ਨਾਲ ਸਹਿਜੇ ਹੀ ਗੁਰੂ ਦਾ ਜੇ ਬਚਨ ਮੰਨ ਲਵਾਂਗੇ, ਸਤ ਕਰਕੇ ਕਮਾਵਾਂਗੇ ਅਤੇ ਗਿਆਨ ਪ੍ਰਾਪਤ ਹੋ ਜਾਂਦਾ ਹੈ। ਅਤੇ ਗਰੀਬਨ ਰਾਜ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਅੰਮ੍ਰਿਤ ਕੀਰਤਨ ਸਰਵਣ ਕੀਤਾ, ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ, ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਪਣਾ ਸਮਾਂ ਲਾਈਏ, ਧਿਆਨ ਇੱਧਰ ਜੋੜੀਏ, ਸਰੀਰ ਕਰਕੇ ਕਿਤੇ ਸੇਵਾ ਕਰ ਰਹੇ ਹੋ, ਮਨ ਕਰਕੇ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ, ਰਸਨਾ ਕਰੋ, ਪਵਿੱਤਰ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵਾਂ ਇਹ ਤੀਜਾ ਹੱਥ ਕਰ ਤੰਤ ਵਜਾਵੈ ਜੋਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ ਹੈ 368। 368 ਰੰਗ ਦੇ ਉੱਤੇ ਇਹ ਪਾਵਨ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸੁਭਾਏ ਮਾਨ ਹੈ। ਸ਼ਬਦ ਦੇ ਆਰੰਭ ਦੇ ਵਿੱਚ ਸਾਹਿਬ ਜੀ ਮੰਗਲਾਚਰਨ ਕਰਦੇ ਨੇ, ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਹੇਠਾਂ ਦੀਵਾਨ ਸਜਾ ਕੇ ਅਤੇ ਉਪਦੇਸ਼ ਕਰ ਰਹੇ ਸਨ। ਉਸ ਵੇਲੇ ਗੋਰਖਨਾਥ ਸਿੱਧ ਦੇ ਸਮੇਤ ਹੋਰ ਸਿੱਧ ਆਣ ਪ੍ਰਗਟ ਹੋਏ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਸਾਡਾ ਯੋਗ ਮਤ ਧਾਰਨ ਕਰ ਲਓ। ਪਾਤਸ਼ਾਹ ਕਹਿੰਦੇ, ਯੋਗੀਓ
ਅਸੀਂ ਯੋਗ ਮਤ ਕੀ ਧਾਰਨ ਕਰਨਾ ਹੈ। ਅਸੀਂ ਤਾਂ ਗੁਰੂ ਦੀ ਮਤ ਦੇ ਦੁਆਰਾ ਪਰਮੇਸ਼ੁਰ ਦੇ ਗੁਣ ਗਾਉਂਦੇ ਹਾਂ, ਉਹਦਾ ਨਾਮ ਜਪਦੇ ਹਾਂ। ਫਿਰ ਇਹਨਾਂ ਨੇ ਕੁਝ ਆਪਣੀਆਂ ਸਿੱਧੀਆਂ ਦੇ ਸ਼ਕਤੀਆਂ ਦੇ ਬਲ ਦੇ ਨਾਲ ਵੀ ਮਹਾਰਾਜ ਨੂੰ ਪਰਖਣਾ ਚਾਹਿਆ, ਪਰ ਸਤਿਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਸਨ, ਅਡੋਲ ਬੈਠੇ ਰਹੇ। ਫਿਰ ਸਿੱਧ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਮਹਾਰਾਜ ਤੁਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਹੀ ਸਰੂਪ ਹੋ, ਐਸੇ ਗੁਰੂ ਨਾਨਕ ਦੇਵ ਸਾਹਿਬ ਜੀ ਸਨ ਜੈਸੇ ਆਪ ਅਡੋਲ, ਤੁਹਾਡੇ ਉੱਤੇ ਵੀ ਸਾਡੀਆਂ ਸਿੱਧੀਆਂ ਦਾ ਕੋਈ ਸ਼ਕਤੀਆਂ ਦਾ ਬਲ ਨਹੀਂ ਚੱਲਿਆ, ਅਤੇ ਕਿਰਪਾ ਕਰੋ ਉਪਦੇਸ਼ ਦਿਓ। ਤਾਂ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ, ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਨੇ, ਇੱਕ ਓਅੰਕਾਰ, ਇੱਕ ਅਦੁੱਤੀ ਬ੍ਰਹਮ ਹੈ ਜਿਹਦੇ ਅਰਗਾ ਕੋਈ ਦੂਜਾ ਨਹੀਂ, ਵਾਹਿਗੁਰੂ ਇੱਕ ਹੈ, ਅਦਵੈਤ ਸਰੂਪ ਹੈ। ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਭ ਨੂੰ ਉਹਦੀ ਜੀਆ ਦਾਨ ਦੇਣ ਵਾਲਾ, ਉਹਦੇ ਹੁਕਮ ਦੇ ਨਾਲ ਹੀ ਜੀਵ ਜੰਮਦੇ ਨੇ, ਹੁਕਮ ਦੇ ਵਿੱਚ ਹੀ ਪ੍ਰਤਪਾਲਣਾ ਹੁੰਦੀ ਹੈ, ਹੁਕਮ 'ਚ ਹੀ ਮਰਦੇ ਹਨ, ਇੱਕੋ ਹੀ ਹੈ। ਅਤੇ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ੁਰ ਹੈ। ਫਿਰ ਉਹਦੇ ਲੱਛਣ ਕੀ ਹਨ? ਸੱਤ, ਉਹ ਸੱਚ ਹੈ, ਤਿੰਨਾਂ ਸਮਿਆਂ ਦੇ ਨਾਸ਼ ਨਹੀਂ ਹੁੰਦਾ, ਗੁਰ ਚੇਤਨ ਸਰੂਪ ਹੈ, ਆਪਾਂ ਸਾਰੇ ਜੜ ਹਾਂ, ਵਾਹਿਗੁਰੂ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਦੁਨੀਆ ਹਰ ਵੇਲੇ ਦੁਖੀ ਰਹਿੰਦੀ, ਉਹ ਸਦਾ ਆਨੰਦ ਦੇ ਵਿੱਚ ਰਹਿੰਦਾ, ਇਸ ਕਰਕੇ ਉਹਨੂੰ ਸੱਚ ਚੇਤਨ ਆਨੰਦ ਕਹਿੰਦੇ ਨੇ। ਭਾਵ ਉਹ ਇੱਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਪ੍ਰਸੰਨਤਾ ਦੇ ਨਾਲ। ਮਹੱਲਾ ਚੌਥਾ, ਰਾਗ ਆਸਾ, ਮਹਾਰਾਜ ਦੀ ਮੌਜ ਹੈ। ਸਤਿਗੁਰੂ ਸਾਹਿਬ ਜੀ ਨੇ ਇੱਥੇ ਮਹੱਲਾ ਸ਼ਬਦ ਪਹਿਲਾਂ ਲਿਖਿਆ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਪ੍ਰਗਟ ਹੋਈ ਇਹ ਬਾਣੀ ਹੈ। ਰਾਗ ਆਸਾ, ਆਸਾ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਮਹਾਰਾਜ ਸਾਹਿਬ ਜੀ ਦਾ 368 ਰੰਗ ਦੇ ਉੱਤੇ ਸੁਭਾਏ ਮਾਨ ਹੈ। ਘਰ ਛੇਵੇਂ ਕੇ ਤਿੰਨ, ਮਹਾਰਾਜ ਸਾਹਿਬ ਜੀ ਘਰ ਛੇਵੇਂ ਕੇ, ਛੇਵੇਂ ਘਰ ਦੇ ਤਿੰਨ ਸ਼ਬਦ ਆਉਣਗੇ ਅੱਗੇ, ਜੋ ਛੇਵੇਂ ਘਰ ਦੇ ਵਿੱਚ ਗਾਇਨ ਕਰਨ ਦਾ ਮਹਾਰਾਜ ਸਾਹਿਬ ਜੀ ਹੁਕਮ ਕਰਦੇ ਹਨ। ਘਰ ਛੇਵੇਂ ਕੇ ਤਿੰਨ, ਇੱਦਾਂ ਹੀ ਉਚਾਰਨ ਕਰਨਾ ਹੈ। ਹੱਥ ਕਰ ਤੰਤ ਬਜਾਵੇ ਜੋਗੀ, ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੇ ਜੋਗੀ, ਜੋਗ ਭੇਖ ਧਾਰਨ ਕਰਨ ਵਾਲੇ ਸਿੱਧੋ, ਹੱਥ ਕਰ ਤੰਤ ਬਜਾਵੇ ਜੋਗੀ, ਆਪਣੇ ਹੱਥ ਕਰਕੇ ਕਹਿੰਦੇ ਵੀ ਆ ਜੋ ਤੁਸੀਂ ਤਾਰ ਵਾਲਾ ਵਾਜਾ ਹੈ, ਕਹਿੰਦੇ ਵੀ ਇਹ ਤੰਤ ਤਾਂ ਵਜਾਉਂਦੇ ਹੋ, ਤੰਤੀ ਸਾਜ ਵਜਾ ਵਜਾ ਕੇ ਲੋਕਾਂ ਨੂੰ ਵਿਖਾਉਂਦੇ ਹੋ ਵੀ ਅਸੀਂ ਬਹੁਤ ਪਤਾ ਨਹੀਂ ਵੀ ਰੱਬ ਦੇ ਵਿਸ਼ਨ ਪਦੇ ਗਾਉਣ ਵਾਲੇ ਹੈ, ਵਿਸ਼ਨ ਪਦੇ ਗਾਉਂਦੇ ਹੋ, ਹੋਰ ਕਈ ਤਰ੍ਹਾਂ ਦੇ ਜਿਹੜੇ ਤੁਸੀਂ ਸਲੋਕ ਯਾਦ ਕੀਤੇ ਉਹ ਗਾਉਂਦੇ ਰਹਿੰਦੇ ਹੋ। ਅਤੇ ਜਿਹੜੀ ਇਹ ਕਿੰਗ ਹੈ ਹੱਥ ਵਿੱਚ ਲੈ ਕੇ ਅਤੇ ਇਹਦੀ ਤਾਰ ਵਜਾਉਂਦੇ ਹੋ, ਪਰ ਜਿਹੜੀ ਇਹ ਤੁਹਾਡੀ ਬੇਨ ਹੈ ਇਹ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਜੋ ਬੇਨ ਵਾਜਿਆ ਵੱਜ ਰਹੀ ਹੈ ਨਾ, ਇਹਦੇ ਵਿੱਚ ਪਰਮੇਸ਼ੁਰ ਦਾ ਨਾਮ ਨਹੀਂ ਹੈ, ਨਾਮ ਤੋਂ ਬਿਨਾਂ ਹੀ ਸਭ ਕੁਝ ਤੁਸੀਂ ਕਰ ਰਹੇ ਹੋ, ਤੁਹਾਡੇ ਹਿਰਦੇ 'ਚ ਨਾਮ ਨਹੀਂ ਹੈ, ਅਤੇ ਥੋਥਰ ਖਾਲੀ ਵੱਜ ਰਹੀ ਹੈ, ਇਹ ਬੇਨ ਥੋਥਰ ਖਾਲੀ ਹੈ। ਵੀ ਇਹੋ ਜਿਹੀ ਬੇਨ, ਐਸੀ ਬੀਣਾ ਵਜਾਉਣ ਦਾ ਕੀ ਫਾਇਦਾ ਜੇ ਤੁਹਾਡੇ ਮਨ ਦੇ ਵਿੱਚ ਨਾਲ ਪਰਮੇਸ਼ੁਰ ਦਾ ਨਾਮ ਹੀ ਨਹੀਂ, ਵਾਹਿਗੁਰੂ ਦਾ ਉਪਦੇਸ਼ ਹੀ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਇਹ ਖਾਲੀ ਹੈ, ਇਹਦਾ ਕੋਈ ਫਾਇਦਾ ਨਹੀਂ ਜਿਹੜੇ ਵਾਜੇ ਵਜਾਈ ਫਿਰਦੇ ਹੋ। ਗੁਰਮਤ ਹਰ ਗੁਣ ਬੋਲੋ ਜੋਗੀ, ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਜੋਗੀ ਸਿੱਧੋ, ਗੁਰੂ ਦੀ ਮਤ ਲੈ ਕੇ ਹਰੀ ਪਰਮੇਸ਼ੁਰ ਦੇ ਗੁਣ ਬੋਲਿਆ ਕਰੋ, ਉਹਦੇ ਉਪਕਾਰ ਗਾ ਗਾ ਕੇ ਹੋਰਾਂ ਨੂੰ ਵੀ ਦੱਸਿਆ ਕਰੋ, ਅਤੇ ਆਪਣੇ ਮਨ ਦੇ ਵਿੱਚ ਵੀ ਪਰਮੇਸ਼ੁਰ ਦੇ ਉਪਕਾਰ ਵਸਾ ਲਵੋ। ਕਹਿੰਦੇ ਵੀ ਇਹ ਕੀ ਤੁਹਾਡਾ ਵਜਾਉਣਾ ਆਇਆ, ਵਜਾ ਕੇ ਮੰਗਦੇ ਅਤੇ ਆਟਾ ਹੀ ਫਿਰਦੇ ਹੋ ਨਾ, ਜੇ ਕਿਤੇ ਜਾ ਕੇ ਵਜਾਉਂਦੇ ਹੋ, ਜੇ ਕਿਤੇ ਬੋਲਦੇ ਵੀ ਹੋ ਕੁਝ, ਅਤੇ ਤੁਹਾਡੀ ਇਹ ਬੋਲਣਾ ਵਜਾਉਣਾ ਕਿੱਥੋਂ ਤੀਕਰ ਸੀਮਤ ਹੈ? ਆਟਾ ਮੰਗ ਲੈਂਦੇ ਹੋ, ਕੋਈ ਦਾਲ ਦੇ ਦਿੰਦਾ, ਕੋਈ ਹੋਰ ਪਦਾਰਥ ਦੇ ਦਿੰਦਾ ਹੈ, ਰੋਟੀਆਂ ਵਾਸਤੇ ਹੀ ਤੁਰੇ ਫਿਰਦੇ। ਕਹਿੰਦੇ ਦੋ ਰੋਟੀਆਂ ਦੇ ਲਈ
अपना सारा ध्यान इस पासे लाया है परमेश्वर वल जुड़ो। दो रोटियां दे किदे भी मिल जाणगियां, प्रसादे वास्ते बंदा कई यार कोई गल चले ना कहिंदे जी ढिड वास्ते सारा कुछ कर रहे हैं, किन्नी बेसमझी है। कहिंदे ढिड वास्ते तां सारा कुछ करदे आ, हुण ढिड ना भरीए। सत संगत जी, जीवन जिहड़ा सानू मिलिया है सतगुरु की बाणी पढ़िए तां पता लगता है भई प्राप्त मानुख दे हुरिया गोबिंद मिलन की ए तेरी बरिया। इत्थे तां सतगुरां लिखिया भी परमेश्वर दे नाल मिलन वास्ते ए तैनू जीवन मिलिया है। तू समझी बैठा भी ढिड भरन दे लई सारा जीवन है, पशु भी तां ढिड भरदे ही है, पशुआं दे नालों तेरे फिर की वादा है। जे जीवन दे विच नाम नहीं जपया, मनुख ने सेवा नहीं कीती, सिमरन नहीं करता, तां ए जीव दे अंदर ते पशु दे विच की फर्क है। वह भी ढिड भरदा है, मनुख भी कहिंदा है भी अपना ढिड ही भरना है, वह भी विशे भोगदा है, मनुख भी विशे भोगदा है, बच्चे पशुआं दे भी होंदे हन, ते ए भी कहिंदा है भी मेरा परिवार वधिया, फर्क तां कोई इन्हां ना होया। सतगुरु साहब जी सिद्धा नूं समझाउंदे आ भावें उस वेले पर उपदेश सानूं ही भाए भी कोई भी जदों असीं कर्म करदे हाँ जे उह भावें धार्मिक मर्यादा कर्म निजम है, उह करदे होइआं परमेशर दा नाम नहीं साडे हिरदे च, उहदे उपकार नहीं है, ते साडा सारा कुछ सोचा ही है खाली है। इह गुरू दी मत लै के जोगियो हरि परमेशर वाहिगुरू दे गुण बोलिया करो, उस वाहेगुरु दे गुण गाया करो। एहो मनुआ हर रंग भीन, ये जड़ा मनुआ है ना बिगड़िया होया मन, इहनू हरि परमेश्वर दे रंग दे विच भेणा करो, वाहेगुरु दे प्रेम रंग दे विच भिज जाओगे। जे गुरु दी मत लै के हरि वाहेगुरु दे उपकार चेते करोगे, परमेश्वर दे जे गुण गावोगे तां मन वी तुहाडा प्रेम विच भिज जावेगा। जोगी हर देहो मती उपदेश, गुरु रामदास साहिब जी कहिंदे हे जोगियो असीं तुहानूं हरि परमेश्वर दे प्राप्ति वाला जो जिहदे नाल तुहानूं वाहिगुरु दी प्राप्ति होवे, तुहाडी मत नूं इह उपदेश दिंदे हां, तुहानूं इह सिखिया दिंदे हां। ਜਾਂ ਤੁਸੀਂ ਜੇ ਸਿੱਖਿਆ ਦੇਣੀ ਹੈ ਨਾ ਤਾਂ ਆਪਣੀ ਮਤ ਨੂੰ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੀ ਸਿੱਖਿਆ ਦਿਓ, ਜਿਹਦੇ ਨਾਲ ਤੁਹਾਨੂੰ ਵਾਹਿਗੁਰੂ ਪ੍ਰਾਪਤ ਹੋ ਜਾਵੇ। ਜੁਗ ਜੁਗ ਹਰ ਹਰ ਏਕੋ ਵਰਤੈ, ਜੋ ਸਭ ਨੂੰ ਹਰੇ ਪਰੇ ਕਰਨ ਵਾਲਾ ਹਰੇਕ ਦੇ ਵਿੱਚ ਵਿਆਪਕ ਪਰਮੇਸ਼ਰ ਹੈ, ਜੋ ਅਦਵੈਤ ਸਰੂਪ ਹੈ, ਜੋ ਅਦੁੱਤੀ ਬ੍ਰਹਮ ਹੈ, ਯੁਗਾਂ ਯੁਗਾਂਤਰਾਂ ਦੇ ਵਿੱਚ ਸੱਤ ਯੁਗ, ਤ੍ਰੇਤਾ, ਦੁਆਪਰ, ਕਲ ਯੁਗ, ਸਭ ਯੁੱਗਾਂ ਦੇ ਵਿੱਚ ਯੁੱਗ ਭਾਵੇਂ ਬਦਲ ਜਾਂਦੇ ਨੇ, ਭਾਵੇਂ ਵਰ੍ਹਿਆਂ ਦੇ ਵਰ੍ਹੇ ਬਦਲ ਜਾਂਦੇ ਨੇ, ਸਾਰਿਆਂ ਸਮਿਆਂ ਦੇ ਵਿੱਚ ਇੱਕ ਪਰਮੇਸ਼ਰ ਹੀ ਵਰਤ ਰਿਹਾ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ ਜੋ ਸਾਰਿਆਂ ਸਮਿਆਂ ਦੇ ਵਿੱਚ ਵਿਆਪਕ ਹੈ ਅਤੇ ਹਾਜ਼ਰ ਹੈ। ਸਿੱਧਾ ਨੇ ਕਿਹਾ ਸੀ ਨਾ ਮਹਾਰਾਜ ਨੂੰ ਵੀ ਆਦੇਸ਼, ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਆ ਕੇ ਕਹਿੰਦੇ ਹੁੰਦੇ ਸੀ ਮਹਾਰਾਜ ਆਦੇਸ਼, ਅਤੇ ਸਿਰਜਿਆ ਝੁਕਾ ਦਿੰਦੇ ਹੁੰਦੇ ਸਨ। ਇਹਨਾਂ ਦਾ ਭਾਵ ਇਹ ਹੁੰਦਾ ਸੀ ਵੀ ਹੁਣ ਅੱਗੋਂ ਵੀ ਮਹਾਰਾਜ ਸਿਰ ਝੁਕਾ ਕੇ ਸਾਨੂੰ ਆਦੇਸ਼ ਕਹਿਣਗੇ, ਅਤੇ ਅਸੀਂ ਰੌਲਾ ਪਾ ਦਿਆਂਗੇ ਵੀ ਵੇਖੋ ਜੋਗੀਆਂ ਨੂੰ ਮਹਾਰਾਜ ਸਾਹਿਬ ਨੇ ਮੱਥਾ ਟੇਕਤਾ। ਅਤੇ ਸਤਿਗੁਰੂ ਸਾਹਿਬ ਜੀ ਅੱਗੋਂ ਜਦੋਂ ਇਹਨਾਂ ਨੇ ਕਹਿਣਾ ਨਾ ਆਦੇਸ਼, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਇਸ ਆਦੇਸ਼ ਨਾਲੇ ਆਪਣਾ ਸਿਰ ਤਾਂ ਨੂੰ ਕਰ ਲੈਣਾ ਸੀਸ, ਅਤੇ ਮਹਾਰਾਜ ਸਾਹਿਬ ਜੀ ਨੇ ਕਹਿਣਾ ਵੀ ਸਾਡੀ ਤਾਂ ਤਿਸ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਹੈ ਵੀ ਅਸੀਂ ਤਾਂ ਉਹਨੂੰ ਹੀ ਮੱਥਾ ਟੇਕਦੇ ਹਾਂ, ਜੋਗੀ ਉਹ ਤੁਹਾਡੇ ਵਾਂਗੂ ਜਣੇ ਖੜੇ ਅੱਗੇ ਨਹੀਂ ਸਿਰ ਝੁਕਾਉਂਦੇ। ਅਤੇ ਇੱਦਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਇਹਨਾਂ ਆਦੇਸ਼ ਆਦੇਸ਼ ਕਿਹਾ, ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਆਗੈ ਹਮ ਆਦੇਸ਼, ਜਿਹੜਾ ਸਭ ਯੁੱਗਾਂ ਵਿੱਚ ਵਰਤ ਰਿਹਾ ਇੱਕ ਪਰਮੇਸ਼ਰ ਹੈ, ਸਾਡੀ ਤਾਂ ਆਦੇਸ਼ ਨਮਸਕਾਰ ਹੈ ਸਿੱਧੋ ਉਸ ਵਾਹਿਗੁਰੂ ਦੇ ਅੱਗੇ ਹੈ, ਪਰਮੇਸ਼ਰ ਨੂੰ ਹੀ ਨਮਸਕਾਰ ਕਰਦੇ ਹਾਂ। ਜਾਂ ਆਦੇਸ਼ ਨਾਮ ਹੁਕਮ ਦਾ ਵੀ ਹੁੰਦਾ ਹੈ ਵੀ ਜੋ ਪਰਮੇਸ਼ਰ ਦਾ ਹੁਕਮ ਹੈ
ਉਹਦੇ ਹੁਕਮ ਦੇ ਅਨੁਸਾਰ ਹੀ ਤੁਹਾਨੂੰ ਅਸੀਂ ਸਾਹਿਬ ਜੀ ਕਹਿੰਦੇ ਵੀ ਉਪਦੇਸ਼ ਦੇ ਰਹੇ ਹਾਂ। ਰਾਗ ਭਾਤ ਬਹੁ ਬੋਲਹੇ, ਫਿਰ ਸਤਿਗੁਰੂ ਜੀ ਕਹਿੰਦੇ ਤੁਸੀਂ ਗਾਵਹਿ ਰਾਗ, ਰਾਗ ਗਾਉਂਦੇ ਹੋ, ਭਾਤ ਬਹੁ ਬੋਲੇ, ਕਈ ਤਰ੍ਹਾਂ ਦੇ ਰਾਗ ਗਾ ਗਾ ਕੇ ਲੋਕਾਂ ਨੂੰ ਸੁਣਾਉਂਦੇ ਹੋ। ਜੇ ਤੁਹਾਡੇ ਰਾਗ ਤੋਂ ਖੁਸ਼ ਹੋ ਕੇ ਕੋਈ ਤੁਹਾਨੂੰ ਕੋਈ ਮਿੱਠਾ ਪਦਾਰਥ ਦੇ ਦੇਵੇ ਤੇ ਬੜੇ ਖੁਸ਼ ਹੋ ਕੇ ਬੋਲਦੇ, ਕਹਿੰਦੇ ਇਹ ਬੜਾ ਪਰਿਵਾਰ ਚੰਗਾ, ਅੱਗੇ ਜਾਂਦੇ ਜੇ ਫਿਰ ਖਾਣ ਨੂੰ ਕੋਈ ਚੰਗਾ ਮਿਲ ਜੇ ਕਹਿੰਦੇ ਵੀ ਇਹ ਬੜੇ ਲੋਕ ਚੰਗੇ ਹੈ, ਤੇ ਜੇ ਕੋਈ ਉਦਾਂ ਸੁੱਕਾ ਜਿਹਾ ਪ੍ਰਸ਼ਾਦਾ ਕੋਈ ਲੂਣ ਗੰਢਾ ਰੱਖ ਕੇ ਦੇ ਦੇਵੇ ਫਿਰ ਉਹਨਾਂ ਨੂੰ ਗਾਲਾਂ ਕੱਢਦੇ ਹੋ, ਮਾੜਾ ਕਹਿੰਦੇ ਹੋ, ਕਹਿੰਦੇ ਕੈਸੇ ਭੈੜੇ ਲੋਕ ਹਨ। ਇਹੀ ਕੁਝ ਸਾਹਿਬ ਜੀ ਕਹਿੰਦੇ ਤੁਹਾਡੇ ਪੱਲੇ ਹੈ ਨਾ, ਰੋਟੀਆਂ ਤੋਂ ਵੱਧ ਤੁਹਾਡਾ ਜੀਵਨ ਕੀ ਹੈ? ਸਵੇਰੇ ਉੱਠਦੇ ਹੀ ਸੋਚਦੇ ਹੋ ਵੀ ਅੱਜ ਕਿਹੜੇ ਪਿੰਡ ਮੰਗਣ ਜਾਣਾ, ਅੱਜ ਕਿੱਥੋਂ ਮੰਗਣ ਜਾਣਾ, ਉਹ ਖਾ ਲਿਆ ਹੁਣ ਸ਼ਾਮ ਨੂੰ ਕਿੱਥੋਂ ਖਾਣਾ। ਆਪਣਾ ਜੀਵਨ ਰੋਟੀਆਂ ਕਾਰਨ ਪੂਰੇ ਤਾਲ ਇਹੀ ਤਾਲ ਵਜਾ ਰਹੇ ਹੋ ਵੀ ਰੋਟੀਆਂ ਪ੍ਰਾਪਤ ਹੋ ਜਾਣ, ਰਾਗ ਤੁਹਾਡੇ ਗਾਏ ਵੀ ਸਾਰੇ ਇਹ ਕੱਪੜਾ ਮੰਗ ਲਿਆ ਕਿਤੇ, ਉਹ ਕੋਈ ਲੀੜਾ ਕੋਈ ਖਾਣ ਵਾਸਤੇ, ਕਿਤੇ ਉਹ ਮਾਇਆ ਮੰਗ ਲੈਂਦੇ ਹੋ। ਗਾਵੈ ਰਾਗ ਭਾਤ ਬਹੁ ਬੋਲੈ, ਬੋਲਦੇ ਤਾਂ ਤਰ੍ਹਾਂ ਤਰ੍ਹਾਂ ਕਰਕੇ ਉਹ ਤੇ ਬੜੇ ਰਾਗ ਅਲਾਪਦੇ ਹੋ, ਖੇਲਾ ਖੇਲ। ਪਰ ਤੁਹਾਡਾ ਜਿਹੜਾ ਇਹ ਮਨੂਆ ਹੈ ਇਹ ਤਾਂ ਸਾਹਿਬ ਜੀ ਕਹਿੰਦੇ ਵੀ ਸੰਸਾਰ ਦੀਆਂ ਖੇਡਾਂ ਨੂੰ ਹੀ ਖੇਡਦਾ ਰਹਿੰਦਾ, ਵੀ ਜਦੋਂ ਤੁਸੀਂ ਕੋਈ ਬਿਸਨ ਪਦਾ ਕੋਈ ਗਾਉਂਦੇ ਵੀ ਹੋ, ਕੋਈ ਸ਼ਿਵਜੀ ਦੇ ਪੜ੍ਹਦੇ ਹੋ ਸਲੋਕ, ਤੇ ਮਨ ਤੇ ਤੁਹਾਡਾ ਜਿਹੜਾ ਹੈ ਹੋਰ ਖੇਡਾਂ ਖੇਡਦਾ ਰਹਿੰਦਾ, ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਅਸੀਂ ਬਹੁਤ ਗਵਾਈਏ ਹਾਂ, ਮਨ ਤਾਂ ਨਹੀਂ ਟਿਕਿਆ। ਗੱਲ ਤੇ ਸਾਰੀ ਖੇਡ ਤਾਂ ਸਾਰੀ ਮਨ ਦੀ ਸੀ, ਮਨ ਨੂੰ ਸੁਣਾਉਣਾ ਸੀ ਜੋ ਸੁਣਾਉਣਾ ਸੀ, ਪਰ ਮਨ ਤੁਹਾਡਾ ਬਾਹਰ ਭਟਕਦਾ ਰਹਿੰਦਾ ਹੈ। ਮਨ ਦੀ ਹਾਲਤ ਤਾਂ ਤੁਹਾਡੀ ਜਿਹੜੀ ਹੈ ਉਹ ਕਦੀ ਇੱਕ ਥਾਂ 'ਤੇ ਅਸਥਿਤ ਨਹੀਂ ਹੁੰਦੀ, ਤੁਹਾਡੇ ਗਾਏ ਹੋਏ ਰਾਗ ਨਾਦ ਸਾਰੇ ਇਸ ਤਰ੍ਹਾਂ ਹਨ ਜੇ ਮਨ ਨਹੀਂ ਟਿਕਿਆ। ਉਦਾਹਰਨ ਦਿੰਦੇ ਨੇ ਪਾਤਸ਼ਾਹ ਵੀ ਜੋ ਵਹਿ ਕੋਪ ਸਿੰਚਨ ਕਉ ਵਸੁਦਾ, ਕਹਿੰਦੇ ਵੀ ਜੇ ਕੋਈ ਜਿੱਦਾਂ ਜ਼ਿਮੀਂਦਾਰ ਜਦੋਂ ਖੂਹ ਜਾਂਦੇ ਹੁੰਦੇ ਸਨ, ਕਹਿੰਦੇ ਵੀ ਉਹਦੇ ਹਲਟਾਂ ਖੂਹ ਦੀਆਂ ਜੋ ਲਵੇ ਵੀ ਇਹ ਫਸਲ ਬੀਜੀ ਆ, ਉਹਦੇ ਵੀ ਧਰਤੀ ਨੂੰ ਪਾਣੀ ਸਿੰਜ ਦੀਏ, ਪਾਣੀ ਲਾ ਦਈਏ ਵੀ ਫਸਲ ਵਾੜੀ ਸੋਹਣੀ ਹੋ ਜਾਊਗੀ, ਕੋਈ ਇਹ ਭਾਵਨਾ ਲੈ ਕੇ ਤੇ ਕਹਿੰਦੇ ਵੀ ਖੂਹ ਸਿੰਚਣ ਦਾ ਯਤਨ ਕਰੇ। ਪਰ ਜਿਹੜੇ ਬੈਲ ਬਲਦ ਸੀ, ਜਿਨ੍ਹਾਂ ਬਲਦਾਂ ਨੂੰ ਹਲਟ ਥੱਲੇ ਜੋ ਕੇ ਤੇ ਖੂਹ ਦਾ ਪਾਣੀ ਕੱਢ ਕੇ ਤੇ ਉਹ ਜ਼ਮੀਨ ਨੂੰ ਧਰਤੀ ਨੂੰ ਦੇਣਾ ਸੀ, ਕਹਿੰਦੇ ਯਤਨ ਤਾਂ ਜ਼ਿਮੀਂਦਾਰ ਪਾਣੀ ਲਾਉਣ ਲਈ ਕਰੇ ਖੂਹ ਤੋਂ ਪਾਣੀ ਕੱਢ ਕੇ, ਤੇ ਪਰ ਉਹ ਜਿਹੜੀ ਫਸਲ ਹੈ ਉਹ ਜਿਹੜੀਆਂ ਵੇਲਾਂ ਨੇ ਜਿਹਨੂੰ ਪਾਣੀ ਲਾ ਕੇ ਪਾਲਣਾ ਸੀ, ਕਹਿੰਦੇ ਉਹਦਾ ਹੀ ਬਲਦ ਉੱਠ ਕੇ ਅਤੇ ਉਹ ਸਾਰਾ ਖੇਤ ਚਰ ਜਾਣ, ਅਤੇ ਫਿਰ ਉਹ ਪਾਣੀ ਲਾਏ ਦਾ ਕੀ ਫਾਇਦਾ, ਵੀ ਪਾਣੀ ਫਿਰ ਕਿਹਨੂੰ ਲਾਉਣਾ, ਜਿਹਨਾਂ ਬਲਦਾਂ ਦੇ ਰਾਹੀਂ ਪਾਣੀ ਕੱਢ ਕੇ ਅਤੇ ਫਸਲ ਨੂੰ ਲਾਉਣਾ ਸੀ, ਉਹ ਬਲਦੀ ਜ਼ਿਮੀਂਦਾਰ ਦੇ ਉੱਠ ਕੇ ਅਤੇ ਕਹਿੰਦੇ ਸਾਰੀ ਫਸਲ ਖਰਾਬ ਕਰ ਗਏ, ਅਤੇ ਫਿਰ ਦੱਸੋ ਵੀ ਫਸਲ ਕੀ ਹੋਣੀ ਸੀ ਅਤੇ ਪਾਣੀ ਲਾਏ ਦਾ ਕੀ ਫਾਇਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜੀ ਬੁੱਧ ਰੂਪੀ ਧਰਤੀ ਹੈ ਇਹਨੂੰ ਪਰਮੇਸ਼ਰ ਦੇ ਨਾਮ ਪ੍ਰੇਮ ਜਲ ਦਾ ਪਾਣੀ ਲਾਉਣਾ ਸੀ, ਪਰ ਜੋ ਤੁਹਾਡਾ ਮਨ ਰੂਪੀ ਹੰਕਾਰ ਰੂਪੀ ਇਹ ਦੋਵੇਂ ਬਲਦ ਨੇ ਨਾ ਵਿਗੜਿਆ ਮਨ ਅਤੇ ਹੰਕਾਰ, ਕਹਿੰਦੇ ਇਹੀ ਉੱਠ ਕੇ ਜਿਹੜੀ ਬੁੱਧ ਰੂਪੀ ਧਰਤੀ ਦੇ ਵਿੱਚ ਸ਼ੁਭ ਗੁਣਾਂ ਦੀ ਵੇਲ ਸੀ ਉਹਨੂੰ ਹੀ ਚਰ ਕੇ ਕਰੁਣਾ ਮੁਦਤਾ ਮੈਤਰੀ ਅਵੇਖਿਆ ਸ਼ਰਧਾ ਆਦਿਕ ਜਿਹੜੇ ਗੁਣ ਸਨ, ਕਹਿੰਦੇ ਇਹ ਜਦੋਂ ਖਾ ਹੀ ਗਏ ਤੁਹਾਡੇ ਅੰਦਰ ਜਦੋਂ ਗੁਣ ਹੀ ਨਹੀਂ ਰਹੇ। ਕਰੁਣਾ ਕੀ ਹੈ? ਕਰੁਣਾ ਕਿਸੇ ਦਾ ਦੁੱਖ ਵੇਖ ਕੇ ਅਤੇ ਤਰਸ ਆ ਜਾਣਾ, ਕਰੁਣਾ ਕਰਨੀ ਦਇਆ ਕਰਨੀ ਇਹ ਕਰੁਣਾ ਕਹਿੰਦੇ ਨੇ, ਅਤੇ ਮੈਤਰੀ ਹੁੰਦਾ ਹੈ ਮੈਤਰੀ ਭਾਵ ਰੱਖਣਾ ਸਾਰਿਆਂ ਦੇ ਨਾਲ, ਜੇ ਆਪਣੇ ਨਾ ਮਿੱਤਰ ਕਿਸੇ ਸੱਜਣ ਦੇ ਨਾਲ ਵਰਤਦੇ ਹਾਂ ਵੀ ਸਭ ਦੇ ਨਾਲ ਮੈਤਰੀ ਭਾਵ ਸੱਜਣ ਬਣ ਕੇ ਹਰ ਇੱਕ ਦੇ ਨਾਲ ਵਰਤਣਾ, ਅਤੇ ਫਿਰ ਮੁਦਤਾ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਇਹ ਗੁਣ ਹੈ, ਕਿਸੇ 'ਤੇ ਦਇਆ ਕਰਦੇ ਹੋ, ਤੁਹਾਡੇ ਅੰਦਰ ਮੈਤਰੀ ਭਾਵ ਹੈ, ਕਿਸੇ ਦੇ ਨਾਲ ਸੱਜਣਤਾ ਹੀ ਰੱਖਦੇ ਹੋ, ਜਾਂ ਮੁਦਤਾ ਕੀ ਹੈ ਵੀ ਖੁਸ਼ ਹੋਣਾ, ਕਿਸੇ ਦੀ ਪ੍ਰਾਪਤੀ ਕਿਸੇ ਦੀ ਸਫਲਤਾ ਵੇਖ ਕੇ ਖੁਸ਼ ਹੋਣਾ, ਤੁਹਾਡੇ ਅੰਦਰ ਖੁਸ਼ੀ ਆਉਂਦੀ ਹੈ ਵੀ ਕਿਸੇ ਦੀ ਕੋਠੀ ਕਾਰ, ਜੇ ਅੱਜ ਦੇ ਸਮੇਂ ਦੇ ਵਿੱਚ
कोई होर वस्तु कोई लाभ मुनाफा हुंदा वेख के खुश होंदे हो, सगो सड़ बल जांदे आ वी इहनूं इह क्यों मिल गया। ते जोगियां नूं वी महाराज कहिंदे वी तुहाडे अंदर इह शुभ गुण तां है नहीं, किसे नूं तरक्की करदिआं वेख के तुहाडे अंदर मुदता थोड़ा आउंदी है, खुशी नहीं आउंदी। अते फिर अपेख्या अपेख्या हुंदा है वी किसी की वधीकी किसी का औगण वेख के अणडिठ कर देना भी जिवें वेख्या ही नहीं है, मुआफ कर देना, यह गुण नहीं हैगा। तो फिर श्रद्धा नहीं है, ये जिहड़े शुभ गुण सन पातशाह कहिंदे मन ते हंकार रूपी जिहड़े बलद है वह तो तुहाडी बुद्धि रूपी धरती जो पहलां ही चुग के लै गए ने खा गए हैं, तो हुण दसो भी आ जिहड़े राग अलाप अलाप के सुणाउंदे हो किहनूं सुणाउंदे हो। ਜਾਂ ਤੁਹਾਡੀ ਹਾਲਤ ਇਹ ਹੈ ਵੀ ਕਿਸੇ ਨੇ ਲਾਉਣਾ ਤਾਂ ਹੋਵੇ ਖੇਤਾਂ ਨੂੰ ਪਾਣੀ, ਅਤੇ ਜਿਹੜੇ ਬਲਦਾਂ ਦੀ ਮਦਦ ਨਾਲ ਲਾਉਣਾ ਖੂਹ ਦੇ ਵਿੱਚੋਂ ਪਾਣੀ ਕੱਢ ਕੇ, ਅਤੇ ਬਲਦ ਕਹਿੰਦੇ ਵੀ ਜਦੋਂ ਜੋਣ ਲੱਗੇ ਤਾਂ ਵੇਖੇ ਵੀ ਬਲਦ ਤਾਂ ਬਾਹਰ ਜੰਗਲ ਦੇ ਵਿੱਚ ਚਰਨ ਚਲੇ ਗਏ ਹੈ, ਅਤੇ ਫਿਰ ਕਹਿੰਦੇ ਵੀ ਪਾਣੀ ਕਿਵੇਂ ਲੱਗੇਗਾ। ਇਸੇ ਪ੍ਰਕਾਰ ਜੇ ਸੰਗਤ ਵਿੱਚ ਬੈਠੇ ਹੈ ਜਾਂ ਤੁਸੀਂ ਆ ਕੋਈ ਰਾਗ ਕੋਈ ਨਾਦ ਗਾ ਰਹੇ ਹੋ ਅਤੇ ਮਨ ਤਾਂ ਬਾਹਰ ਭੱਜਿਆ ਫਿਰਦਾ ਜਿਹਨੂੰ ਸੁਣਾਉਣਾ ਸੀ, ਬਿਮਾਰ ਤਾਂ ਮਨ ਹੈ, ਸੁਣਾਉਣਾ ਤਾਂ ਸਭ ਕੋਈ ਮਨ ਨੂੰ ਸੀ, ਨਾਮ ਬਾਣੀ ਸਿੱਖਿਆ ਤਾਂ ਮਨ ਨੂੰ ਦੇਣੀ ਸੀ, ਅਤੇ ਮਨ ਕਹਿੰਦੇ ਵੀ ਉੱਠ ਕੇ ਬਾਹਰ ਚਲਿਆ ਜਾਵੇ, ਅਤੇ ਫਿਰ ਦੱਸੋ ਵੀ ਇਹ ਤੁਹਾਡਾ ਗਾਇਆ ਪੜ੍ਹਿਆ ਇਹ ਕਿਸੇ ਥਾਂ ਨਹੀਂ ਪਵੇਗਾ। ਮਨ ਨੂੰ ਪਹਿਲਾਂ ਇਕਾਗਰ ਕਰਨਾ ਪਵੇਗਾ, ਮਨ ਨੂੰ ਟਿਕਾਉਣਾ ਪਵੇਗਾ, ਸੁਣਾਉਣਾ ਮਨ ਨੂੰ ਹੈ, ਅਤੇ ਜਦੋਂ ਮਨ ਨੇ ਸੁਣ ਲਿਆ ਫਿਰ ਸਾਡਾ ਇੱਥੇ ਸੁਣਿਆ ਵੀ ਸਫਲਾ ਹੋ ਜਾਵੇਗਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਦਾਹਰਣ ਦੇ ਕੇ ਇਹਨਾਂ ਨੂੰ ਸਮਝਾਇਆ ਵੀ ਤੁਹਾਡੀ ਹਾਲਤ ਐਸੀ ਹੋ ਰਹੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਹ ਜੋ ਕਾਇਆ ਦੇਹ ਰੂਪੀ ਨਗਰ ਹੈ ਨਾ, ਜਿਹੜੇ ਨਗਰ ਦੇ ਵਿੱਚ ਰੁੱਖ ਹਰਿਆਵਲਤਾ ਫਸਲਵਾੜੀ ਸਭ ਕੁਝ ਹੁੰਦਾ, ਇੱਥੇ ਭਾਵ ਇਹ ਹੈ ਵੀ ਕਾਇਆ ਰੂਪੀ ਜਿਹੜਾ ਨਗਰ ਭਾਵ ਜਿਹੜੀ ਧਰਤੀ ਹੈ, ਇਸ ਧਰਤੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਕਰਮ ਹਰ ਬਹੁ, ਹਰੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਕਰਮ ਕਰਨ ਵੀ ਬੀਜ ਬੀਜਣਾ ਕਰੋ, ਐਸਾ ਕਰਮ ਕਰੋ ਉਦਮ ਕਰੋ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਬੀਜ ਜਿਹੜਾ ਹੈ ਇਹ ਸਰੀਰ ਰੂਪੀ ਨਗਰ ਦੇ ਵਿੱਚ ਧਰਤੀ ਦੇ ਵਿੱਚ ਬੀਜਣਾ ਕਰੋ, ਅਥਵਾ ਜੋ ਪਰਮੇਸ਼ੁਰ ਦਾ ਨਾਮ ਸਰਵਣ ਕਰਨ ਦਾ ਕਰਮ ਕਰਨਾ ਹੈ ਇਹ ਬੀਜ ਬੀਜਣਾ ਹੈ ਵਾਹਿਗੁਰੂ ਦੇ ਨਾਮ ਦਾ। ਅਤੇ ਫਿਰ ਇਹਦਾ ਅੱਗੇ ਜਿਹੜਾ ਮੰਨਣ ਕਰਨਾ ਹੈ ਸਰਵਣ ਕਰਨ ਤੋਂ ਬਾਅਦ, ਸਰਵਣ ਕਰਨ ਰੂਪੀ ਬੀਜ ਬੀਜਣਾ, ਅਤੇ ਜਿਹੜਾ ਮੰਨਣ ਕਰਨਾ ਹੈ ਮੰਨਣ ਕਰਨ ਰੂਪੀ ਕਹਿੰਦੇ ਜਿਹੜਾ ਬੀਜ ਫਿਰ ਉੱਗ ਪਵੇਗਾ, ਅਤੇ ਜਦੋਂ ਮੰਨਣ ਕਰਨ ਰੂਪੀ ਬੀਜ ਉੱਗ ਪਵੇਗਾ ਨਾ, ਅਤੇ ਨਿਧਿਆਸਨ ਕਰਨ ਰੂਪੀ, ਨਿਧਿਆਸਨ ਹੁੰਦਾ ਵੀ ਜੋ ਕਮਾਈ ਕਰਨ ਰੂਪੀ ਖੇਤ ਰਿਹਾ ਹੋ ਜਾਵੇਗਾ, ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਖੇਤ ਜੰਮ ਪਵੇਗਾ, ਉੱਗ ਪਵੇਗਾ, ਭਾਵ ਜਪਿਆ ਹੋਇਆ ਨਾਮ ਤੁਹਾਡਾ ਸਫਲ ਹੋਵੇਗਾ। ਜੇ ਇਹ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਆਖੋਗੇ ਵਾਹਿਗੁਰੂ 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 ਨਾਮ ਜਪਣਾ ਵਾਰ ਵਾਰ ਜਪੋ, ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਖੇਤ ਹਰਿਆ ਭਰਿਆ ਹੋ ਜਾਏਗਾ। ਜਿਵੇਂ ਖੇਤ ਹਰਾ ਭਰਾ ਹੋਵੇ ਚੰਗਾ ਉੱਗੇ ਅਤੇ ਫੇਰ ਹੀ ਬੋਲ ਲੱਗਦਾ ਨਾ, ਫੇਰ ਹੀ ਝਾੜ ਚੰਗਾ ਨਿਕਲੇ ਅਤੇ ਪੈਸੇ ਬਣਦੇ ਨੇ, ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਦੋਂ ਨਾਮ ਜਪੋਗੇ ਸ਼ੁਭ ਗੁਣਾਂ ਦੀ ਹਰਿਆਵਲਤਾ ਹੋਵੇਗੀ ਅਤੇ ਬ੍ਰਹਮ ਗਿਆਨ ਰੂਪੀ ਬੋਲ ਜੰਮ ਆਏਗਾ,
ते परमेश्वर दी प्राप्ति रूपी फिर लाह खट लोगे। धन गुरु रामदास साहिब जी कहिंदे जिहड़ा मनुआ है ना विगड़िया होया मन, मनुआ अस्थिर जिहड़ा इहनू टिकाउणा है ना, ये टिकाउण रूपी कहिंदे मन नूं बैल मन जोवो, टिके हुए मन रूपी बलद नूं कहिंदे जोणा करो। भी खेत वाहुण दे वास्ते जिवें बलद जोंदे सन, कहिंदे जिहड़ा मन जदों टिक जावेगा ये समझ लो भी बलदां नूं जोलिया, खेत वाहिया पहलां चंगा हरा भरा भी हो गया, हुण कहिंदे भी हल्ट दे उत्ते जोणा है। हल्ट ते जोणा की है भी मन नूं टिकाउणा करो। हर सिंचहु गुरमत जीत, ते गुरू दी मत द्वारा जिहड़ा हर हर परमेश्वर दा नाम जपना है मन नूं टिका के, यही कहिंदे भी मानो भी पाणी सिंचना, यही जल पाउणा है। ते जदों नाम जपण रूपी मन टिका के वार वार अभ्यास करोगे इहदे नाल पाणी सिंचिया जावेगा, ते मनुखा जन्म नूं जीत जित के जाओगे, मनुखा जन्म सफल होवेगा। जिवें पाणी पाउण तों बाद फसल सोहणी हुंदी है, इवें मन टिका के नाम जपण दे नाल जीवन मुक्त हो जावोगे, मनुखा जन्म दी बाजी जित के जावोगे। महाराज परमेश्वर दे सानू कहिंदे ने वाहिगुरु ये जिहड़े जोगी सिद्ध हन जां जिहड़े जंगम ने टलियां जिहां वजांदे फिरदे सिर ते खंभ लाए हुंदे है, ते जां होर जिन्नी भी सृष्टि है भेख जिन्ने भी तरह तरह के तारे ने ये सारी महाराज तुहाडी बनाई हुई सृष्टि है, तुहाडे ही पैदा कीते हन। ते पातशाह जी जो देहो मती, जो तुसी मती मत दिंदे हो तित चेल, तिस पासे नूं साडा जीवां दा चलना हुंदा है, तुसी जो प्रेर दिंदे हो उधर नूं असी जांदे हाँ। प्रभ अंतर जन दासा भाव धार के पातशाह कहिंदे ने गुरु नानक देव महाराज चौथे सरूप च, हे प्रभु आप जी अंतर जामी हो, साडे मालक हो, कृपा करो महाराज जिहड़ा साडा विगड़िया होया मनुआ मन है इहनू पेल परेर के हरी वाहिगुरु अपने चरणा दे अपने नाम विच लाओ, जां इहनां जोगियां दे मन नूं परेर के जां पेल के दबा के बादशाह अपने नाम दे विच अपने चरणा दे विच जोड़ना करो। गुरु रामदास साहिब जी दे पास इधरों वृंदावन तों राधा कृष्ण बन के रासां पाउण वाले जिहड़े रमदासीए कहिंदे सी रास धारीए, उह आए कहिण लगे महाराज तुसीं वी रास पाया करो, तां सतगुरु साहिब जी दसदे हन। महाराज जी कहिंदे कब कदे दे कोई जिहड़े तुसीं रास धारीए रासां पाउंदे हो ना, ते रास पाउण दे लई फिर जिहड़ी तुहानूं तैयारी करनी पैंदी है, कदे कहिंदे कोई घुंगरू भाले भालदा फिरदा हुंदा वी घुंगरू लियाओ छेती वी रास पाईए, लोक इकट्ठे होए है, ते कोई कहिंदे वी ताला ताल कैंसियां लभदा फिरदा हुंदा वी कैंसियां लभ के लियाओ। ते जिहड़ा रास पाउण वाला है कब कदी कोई कहिंदे वी रबाब वजाउंदा है वी रबाब वजाइए इहनूं सुर करिए, सुर करके ते रबाब जाओ फिर घुंघरू ते कैंसियां फिर ताल दे नाल ताल मिलाउंदा है। आवत जात बार खिन लगे, साहिब जी कहिंदे भी इह तैयारी करदेआं आउंदेआं जांदेआं घुंघरू लिआउंदेआं ताल फिर कैंसियां लिआउंदेआं कोई रबाब लिआउंदेआं ये सारा कुछ कहिंदे ग्रुप जिहा इकट्ठा करदे आउंदे आ जांदे आ कुछ ना कुछ देर लग जांदी है। आवत जात बार खिन लागै, कहिंदे भी खिन मात्र समा भी भावें देर लगे देर लग तां जांदी है। तब लग समारौ नाम, ते पातशाह कहिंदे असीं ते इन्ना समा भी रहि नहीं सकदे, असीं उन्ना चिर तिकर राम परमेश्वर दे नाम नूं ही चेते करदे हां, ਵੀ ਤੁਸੀਂ ਤਾਂ ਰਾਸ ਪਾਉਣ ਲੱਗਿਆ ਕੋਈ ਘੁੰਗਰੂ ਲੈ ਆਇਆ ਕੋਈ ਕੈਂਸੀਆਂ ਲਿਆਉਂਦਾ ਫਿਰਦਾ ਹੈ ਕੋਈ ਰਬਾਬ ਲਿਆਉਂਦਾ ਫਿਰਦਾ ਹੈ ਕੋਈ ਤਾਰਾਂ ਸੁਰ ਕਰਦਾ ਫਿਰਦਾ,
ਤੇ ਜਿੰਨਾ ਕੁ ਸਮਾਂ ਸਾਹਿਬ ਜੀ ਕਹਿੰਦੇ ਵੀ ਇਹ ਤਿਆਰੀ ਕਰਨ ਵਾਸਤੇ ਰਾਸ ਧਾਰੀਏ ਕਰਦੇ ਨੇ, ਅਸੀਂ ਤੇ ਓਨਾ ਸਮਾਂ ਵੀ ਰਹਿ ਨਹੀਂ ਸਕਦੇ। ਇਹਨਾਂ ਥੋੜਾ ਖਿਨ ਮਾਤਰ ਸਮਾਂ ਜਿਹੜਾ ਹੈ, ਘੱਟ ਸ਼ਬਦ ਕਹੀਏ ਤੇ ਖਿਨ ਸਾਧ ਸੰਗਤ ਗੁਜ਼ਰ ਜਾਂਦਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਤੇ ਇੰਨਾ ਥੋੜਾ ਸਮਾਂ ਵੀ ਜਿਹੜਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ। ਅਸੀਂ ਤੇ ਉਹਨਾਂ ਚਿਰ ਵਾਹਿਗੁਰੂ ਦਾ ਨਾਮ ਹੀ ਜਪਦੇ ਹਾਂ। ਮੇਰੇ ਮਨ ਐਸੀ ਭਗਤ ਬਨ ਆਈ। ਮਹਾਰਾਜ ਤੁਸੀਂ ਰਾਸ ਨਹੀਂ ਪਾਉਂਦੇ। ਸਾਹਿਬ ਕਹਿੰਦੇ ਵੀ ਅਸੀਂ ਤੇ ਭਗਤੀ ਕਰਦੇ ਹਾਂ, ਮੇਰੇ ਮਨ ਐਸੀ ਭਗਤ ਬਨ ਆਈ। ਆਹ ਜਿਹੜਾ ਤੁਸੀਂ ਨੱਚਦੇ ਟੱਪਦੇ ਹੋ, ਇਹਨੂੰ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਭਗਤ ਨਹੀਂ ਮੰਨ ਭਗਤੀ ਨਹੀਂ ਮੰਨਦੇ। ਨੱਚਿਆ ਟੱਪਿਆ ਭਗਤ ਨਾ ਹੋਈ, ਇਹ ਭਗਤੀ ਨਹੀਂ ਹੈ। ਸਾਡੇ ਮਨ ਦੇ ਵਿੱਚ ਤਾਂ ਇਹੋ ਜਿਹੀ ਪਰਮੇਸ਼ੁਰ ਦੀ ਭਗਤੀ ਬਣ ਆਈ ਹੈ, ਸਾਡੇ ਅੰਦਰ ਤੇ ਵਾਹਿਗੁਰੂ ਦੀ ਭਗਤੀ ਦਾ ਐਸਾ ਪ੍ਰੇਮ ਬਣ ਆਇਆ ਹੈ। ਹਰ ਬਿਨ ਖੇਨ ਪਾਲ ਰਹਿ ਨਾ ਸਕੋ। ਅਸੀਂ ਤਾਂ ਸਤਿਗੁਰੂ ਰਾਮਦਾਸ ਜੀ ਕਹਿੰਦੇ ਹਰੀ ਅਕਾਲ ਪੁਰਖ ਤੇ ਨਾਮ ਜਪੇ ਤੋਂ ਬਿਨਾਂ ਬਗੈਰ ਇੱਕ ਖੇਨ ਮਾਤਰ ਵੀ ਜਾਂ ਪਲ ਮਾਤਰ ਘੜੀ ਦਾ ਸੱਠਵਾਂ ਹਿੱਸਾ ਜੋ ਪਲ ਹੈ, ਇਹਨਾਂ ਥੋੜਾ ਸਮਾਂ ਵੀ ਵਾਹਿਗੁਰੂ ਦੇ ਨਾਮ ਜਪੇ ਤੋਂ ਬਗੈਰ ਰਹਿ ਨਹੀਂ ਸਕਦੇ। ਜੈਸੇ ਜਲ ਬਿਨ ਮੀਨ ਮਰ ਜਾਏ। ਸਾਡੀ ਤਾਂ ਇੱਕ ਖੇਨ ਵੀ ਜੇ ਨਾਮ ਭੁੱਲੇ, ਸਾਨੂੰ ਇੱਕ ਸਾਹ ਵੀ ਸਾਡਾ ਖਾਲੀ ਜਾਵੇ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਸਾਡੇ ਲਈ ਤਾਂ ਬੜਾ ਔਖਾ ਹੋ ਜਾਏਗਾ। ਜੇ ਜਲ ਤੋਂ ਬਗੈਰ ਪਾਣੀ ਤੋਂ ਬਗੈਰ ਮੱਛੀ ਮਰ ਜਾਂਦੀ ਹੈ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਜਪੇ ਤੋਂ ਬਗੈਰ ਖਿਨ ਪਲ ਜਿੰਨਾ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਜੇ ਸਾਡਾ ਗੁਜ਼ਰਦਾ ਏ ਤਾਂ ਸਾਡਾ ਤਾਂ ਮਰਨਾ ਹੀ ਹੁੰਦਾ। ਇਸ ਕਰਕੇ ਅਸੀਂ ਨਾਮ ਤੋਂ ਬਿਨਾਂ ਨਹੀਂ ਰਹਿੰਦੇ, ਸਵਾਸ ਸਵਾਸ ਪਰਮੇਸ਼ੁਰ ਦਾ ਨਾਮ ਜਪਦੇ ਹਾਂ। ਇਹ ਸਤਿਗੁਰੂ ਜੀ ਨਾਲ ਹੀ ਗੁਰਮੁਖਾਂ ਦੀ ਅਵਸਥਾ ਦੱਸਦੇ ਨੇ ਵੀ ਗੁਰਮੁਖ ਇਹਦਾ ਨਾਮ ਤੋਂ ਬਗੈਰ ਇੱਕ ਖਿਣ ਪਲ ਸਮਾਂ ਵੀ ਨਹੀਂ ਗੁਜ਼ਾਰਦੇ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ, ਬਖਸ਼ਿਸ਼ ਕਰਦੇ ਹਨ। ਫਿਰ ਜਿਹੜਾ ਕੋਈ ਰਾਸ ਪਾਉਂਦਾ ਕਬ ਕਦੀ ਤੇ ਮਹਾਰਾਜ ਕਹਿੰਦੇ ਕੋ ਪੰਜ ਜਾਂ ਸੱਤ ਜਿਹੜੇ ਗਵਈਏ ਨੇ ਉਹਨਾਂ ਨੂੰ ਮੇਲੇ ਮੇਲ ਦਾ ਇਕੱਠੇ ਕਰਦਾ ਫਿਰਦਾ ਹੁੰਦਾ। ਪੰਜ ਸੱਤ ਤਾਂ ਹੋਈਏ ਵੀ ਉੱਥੇ ਰਾਸ ਪਾਉਣੀ ਹੈ, ਵੀ ਕੋਈ ਘੁੰਗਰੂ ਬੰਨ ਕੇ ਨੱਚੇ, ਕੋਈ ਕੈਂਸੀਆਂ ਵਜਾਵੇ, ਕੋਈ ਰਬਾਬ ਵਜਾਵੇ, ਕੋਈ ਢੋਲਕ ਵਜਾਵੇ, ਕੋਈ ਲਾਗੇ ਗਾਵੇ, ਕੋਈ ਨੱਚੇ। ਕਹਿੰਦੇ ਵੀ ਇਹ ਪੰਜ ਸੱਤ ਗਵਈਏ ਕਦੋਂ ਕੋਈ ਕਹਿੰਦੇ ਲੱਭਦਾ ਫਿਰੂਗਾ, ਕੋਈ ਇੱਕ ਆ ਗਿਆ ਤੇ ਦੂਜਾ ਰਹਿ ਗਿਆ, ਦੂਜਾ ਆ ਗਿਆ ਤੇ ਤੀਜਾ ਰਹਿ ਗਿਆ, ਆਵਾਜ਼ਾਂ ਮਾਰ ਮਾਰ ਕੇ ਕਿੰਨਾ ਚਿਰ ਮਹਾਰਾਜ ਜੀ ਕਹਿੰਦੇ ਵੀ ਇਹੀ ਲੱਭਦੇ ਫਿਰਦੇ ਹੁੰਦੇ ਹਨ। ਤੇ ਕਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੇ ਕਿਤੇ ਪੰਜ ਸੱਤ ਜਾਣੇ ਕਰ ਕਰਾ ਕੇ ਇਕੱਠੇ ਵੀ ਕਰ ਲਏ, ਤੇ ਕਦੋਂ ਕਹਿੰਦੇ ਕੋਈ ਫਿਰ ਰਾਗ ਦੀ ਧੁਨੀ ਉਠਾਵੇ ਉਠਾਉਂਦਾ ਹੈ, ਭਾਵ ਰਾਗ ਗਾਉਂਦੇ ਨੇ, ਉੱਚੀ ਉੱਚੀ ਅਲਾਪ ਕਰਦੇ ਨੇ ਲੋਕਾਂ ਨੂੰ ਵਿਖਾਉਣ ਵਾਸਤੇ। ਰਾਗ ਦੇ ਵਿੱਚ ਕਦੀ ਸੁਰ ਤਾਂ ਚੜਾਉਂਦੇ ਨੇ, ਕਦੀ ਹੇਠਾਂ ਲਾਉਂਦੇ ਨੇ, ਰੋਹ ਅਵਰੋਹ ਦੇ ਵਿੱਚ ਹੀ ਧੁਨੀਆਂ ਉਠਾਉਂਦੇ ਹਨ, ਅਲਾਪ ਕਰਦੇ ਹਨ, ਕਦੀ ਕੋਈ ਇੱਧਰ ਨੂੰ ਆਪਣਾ ਸਮਾਂ ਲਾ ਦਿੰਦਾ ਏ। ਪਾਤਸ਼ਾਹ ਜੀ ਕਹਿੰਦੇ ਵੀ ਇਹ ਪੰਜ ਸੱਤ ਗਵਈਏ ਇਕੱਠੇ ਕਰਕੇ ਰਾਸ ਪਾਉਂਦੇ ਆ, ਰਾਗ ਗਾਉਂਦੇ ਆ, ਧੁਨੀ ਉਠਾਉਂਦੇ ਆ, ਜਾਂ ਜਿਹੜੀ ਕੋਈ ਸੁਰ ਨੂੰ ਮਿਲਾਉਂਦੇ ਆ, ਵੀ ਸੁਰ ਜਦੋਂ ਰਬਾਬ ਢੋਲਕ ਜਾਂ ਤਬਲੇ ਇਹਦੇ ਨਾਲ ਸੁਰ ਕਰਦੇ ਆ ਮੇਲਦੇ ਆ, ਕਹਿੰਦੇ ਵੀ ਕੋਈ ਖੇਨਾ ਕੋਈ ਪਲ ਕੋਈ ਚਸਾ ਕੁਝ ਨਾ ਕੁਝ ਸਮਾਂ ਤੇ ਲੱਗਦਾ ਹੀ ਹੈ ਨਾ, ਇਹ ਸਾਰੀ ਰਾਸ ਲੀਲਾ ਕਰਨ ਦੀ ਤਿਆਰੀ ਕਰਦਿਆਂ ਹੋਇਆ। ਸਾਹਿਬ ਕਹਿੰਦੇ ਵੀ ਤਦੋਂ ਤੀਕਰ ਵੀ ਜਿਹੜਾ ਸਾਡਾ ਮਨ ਹੈ ਭਾਈ ਉਹ ਤੇ ਰਾਮ ਪਰਮੇਸ਼ਰ ਦੇ ਗੁਣਾਂ ਨੂੰ ਹੀ ਗਾਵੇ ਗਾਉਂਦਾ ਰਹਿੰਦਾ ਹੈ। ਅਸੀਂ ਉਹਨਾਂ ਸਮਾਂ ਵੀ ਕੱਲ੍ਹ ਦੀ ਖਰਾਬ ਕਰਨਾ, ਸਾਡਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹੀ ਗਾਉਂਦਾ, ਅਸੀਂ ਤਾਂ ਇਹ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਹਾਂ। ਫਿਰ ਕਬ ਕਦੋਂ ਕਹਿੰਦੇ ਵੀ ਜਦੋਂ ਕੋਈ ਜਿਹੜਾ ਰਾਸ ਪਾਉਣ ਵਾਲਾ ਨਾਚੇ ਨੱਚਦਾ ਹੈ ਤੇ ਨੱਚਣ ਲੱਗਿਆ ਆਪਣੇ ਪੈਰ ਪਸਾਰਦਾ ਹੈ ਨਾ, ਘੁੰਗਰੂ ਜੇ ਵਜਾਉਣੇ ਹੁੰਦੇ ਤਾਲ ਮਿਲਾਉਣਾ ਹੁੰਦਾ ਤੇ ਪੈਰ ਪਸਾਰ ਕੇ ਕਹਿੰਦੇ ਕਦੋਂ ਫਿਰ ਕੋਈ ਨੱਚਦਾ ਹੈ।
हाथ पसार। कदों कोई फिर कहिंदे भी हाथ पसार दा हत्थां दे नाल भी इशारे जे करन दे वास्ते लोकां दा ध्यान अपने वल खिंचण वास्ते जिहड़े रासधारीए ने ਇਹ ਜਿੱਦਾਂ ਪੈਰ ਪਸਾਰਦੇ ਆ ਕੋਈ ਰਾਗ ਗਾਉਂਦੇ ਹੱਥਾਂ ਨੂੰ ਵੀ ਖਿਲਾਰਦੇ ਹਨ ਕਹਿੰਦੇ ਕਦੀ ਕੋਈ ਫਿਰ ਇਹ ਹੱਥ ਖਿਲਾਰਦਾ ਫਿਰਦਾ ਹੈ ਹੱਥ ਪਾਮ ਪਸਾਰਤ ਬਿਲਮ ਤਿਲ ਲਾਗੈ ਗੁਰੂ ਰਾਮਦਾਸ ਜੀ ਕਹਿੰਦੇ ਵੀ ਇਹਨਾਂ ਹੱਥਾਂ ਨੂੰ ਇੱਧਰ ਉੱਧਰ ਨੂੰ ਮਾਰਦਿਆਂ ਪੈਰਾਂ ਨੂੰ ਪਸਾਰਦਿਆਂ ਕਹਿੰਦੇ ਕੋਈ ਨਾ ਕੋਈ ਬਿਲਮ ਦੇਰ ਤਾਂ ਲੱਗ ਹੀ ਜਾਂਦੀ ਹੈ ਨਾ ਭਾਵੇਂ ਤਿਲ ਜਿੰਨੀ ਲੱਗੇ ਭਾਵੇਂ ਥੋੜ੍ਹਾ ਹੀ ਸਮਾਂ ਲੱਗੇ ਅਤੇ ਜਦੋਂ ਕੋਈ ਇੱਦਾਂ ਹੱਥ ਪੈਰ ਪਸਾਰਦਾ ਹੈ ਤਾਂ ਉਦੋਂ ਵੀ ਕੋਈ ਦੇਰ ਲੱਗਦੀ ਹੈ ਮੇਰਾ ਮਨ ਰਾਮ ਸਮਾਰ ਪਰ ਤਦੋਂ ਤੀਕਰ ਕਹਿੰਦੇ ਮੇਰਾ ਮਨ ਤਾਂ ਰਾਮ ਪਰਮੇਸ਼ਰ ਦੇ ਨਾਮ ਨੂੰ ਹੀ ਸਮਾਰ ਹੈ ਚੇਤੇ ਕਰਦਾ ਵਾਹਿਗੁਰੂ ਦਾ ਨਾਮ ਹੀ ਜਪਦਾ ਹੈ ਫਿਰ ਸਾਹਿਬ ਕਹਿੰਦੇ ਵੀ ਰਾਸਾਂ ਪਾਉਣ ਆਏ ਹੋ ਤੁਸੀਂ ਜਦੋਂ ਰਾਸ ਪਾਉਂਦੇ ਹੋ ਤੇ ਲੋਕਾਂ ਨੂੰ ਖੁਸ਼ ਕਰਦੇ ਫਿਰਦੇ ਹੋ ਵੀ ਲੋਕ ਖੁਸ਼ ਹੋ ਜਾਣ ਤੇ ਚਾਰ ਪੈਸੇ ਵੱਧ ਆਉਣਗੇ ਕਹਿੰਦੇ ਵੀ ਕਦੀ ਕੋਈ ਲੋਕਾਂ ਨੂੰ ਪਤਿਆਉਂਦਾ ਫਿਰਦਾ ਏ ਲੋਕਾਂ ਨੂੰ ਖੁਸ਼ ਕਰਦੇ ਫਿਰਦੇ ਹਨ ਨਾ ਪਤ ਹੋਏ ਪਰ ਸੱਚਾਈ ਇਹ ਹੈ ਵੀ ਜੇ ਲੋਕ ਪਤੀਜ ਵੀ ਜਾਣ ਤਾੜੀਆਂ ਮਾਰ ਵੀ ਦੇਣ ਖੁਸ਼ ਹੋ ਵੀ ਜਾਣ ਕਹਿ ਵੀ ਦੇਣ ਵੀ ਬਹੁਤ ਸੋਹਣੀ ਰਾਸ ਪਾਈ ਹੈ ਵੀ ਬਹੁਤ ਸੋਹਣਾ ਗਾਇਆ ਤਾਂ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਲੋਕਾਂ ਦੇ ਖੁਸ਼ ਹੋਣ ਦੇ ਨਾਲ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਇੱਜ਼ਤ ਪਤ ਥੋੜ੍ਹਾ ਹੋਣੀ ਹੈ ਲੋਕ ਖੁਸ਼ ਹੋ ਗਏ ਅਤੇ ਲੋਕਾਂ ਦੇ ਖੁਸ਼ ਹੋਣ ਦੇ ਨਾਲ ਇੱਥੇ ਕਾਮ ਕਰੋ ਲੋ ਮੋਹ ਹੰਕਾਰ ਤੋਂ ਇੱਜ਼ਤ ਥੋੜ੍ਹਾ ਸਾਬਤ ਬਚੀ ਰਹਿ ਜਾਣੀ ਹੈ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਸਾਰੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਆ ਜਿਹੜਾ ਨੱਚਣਾ ਟੱਪਣਾ ਵੇਖੋ ਮਹਾਰਾਜ ਸਾਹਿਬ ਤਾਂ ਜਿਹੜਾ ਕੋਈ ਭਗਤੀ ਦੇ ਨਾਂ ਦੇ ਨੱਚਦੇ ਟੱਪਦੇ ਸੀ ਨਾ ਰਾਸ ਧਾਰੀਏ ਉਹਨਾਂ ਨੂੰ ਹੀ ਮਨ੍ਹਾ ਕੀਤਾ ਹੈ ਪਰ ਸਾਡੇ ਲੋਕ ਤਾਂ ਅੱਜ ਕੱਲ੍ਹ ਵੇਸ਼ਵਾਵਾਂ ਦੇ ਨਾਚ ਵਾਂਗ ਨੱਚਦੇ ਫਿਰਦੇ ਆ ਵੀ ਇਹ ਕਿੰਨੇ ਕਿਤੇ ਖੁਸ਼ ਹੋਣਗੇ ਸਤਿਗੁਰੂ ਤਾਂ ਧਰਮ ਦੇ ਨਾਂ 'ਤੇ ਨੱਚਣ ਨੂੰ ਪਸੰਦ ਨਹੀਂ ਕਰਦੇ ਅਤੇ ਅੱਜ ਕੱਲ੍ਹ ਹਰ ਸਿੱਖਾਂ ਦੇ ਘਰਾਂ ਦੇ ਵਿੱਚ ਕੋਈ ਥੋੜ੍ਹਾ ਜਿਹਾ ਖੁਸ਼ੀ ਦਾ ਸਮਾਂ ਆ ਤਾਂ ਜਾਵੇ ਅਤੇ ਲੋਕ ਡੀ ਜੇ ਲਾ ਕੇ ਅਤੇ ਪਤਾ ਨਹੀਂ ਹੈ ਵੀ ਕਿੰਨਾ ਰੱਬ ਨੂੰ ਭੁਲਾ ਕੇ ਨੱਚਦੇ ਟੱਪਦੇ ਵਿਕਾਰੀ ਬਿਰਤੀ ਰੱਖਦੇ ਆ ਅਤੇ ਜੇ ਕੋਈ ਉਹਨਾਂ ਦੇ ਮਾਪਿਆਂ ਨੂੰ ਕਹਿ ਦੇਵੇ ਨਾ ਵੀ ਤੁਸੀਂ ਗੁਰਸਿੱਖ ਹੋ ਕਹਿੰਦੇ ਕੀ ਕਰੀਏ ਜੀ ਨਿਆਣੇ ਕਹਿੰਦੇ ਸੀ ਰੀਝ ਹੈ ਇਹ ਕਿਹੜਾ ਰੋਜ਼ ਕਹਿੰਦੇ ਦੇਣ ਆਉਣਾ ਬਸ ਇੱਥੇ ਹੀ ਆਪਣਾ ਬੇੜਾ ਗਰਕ ਕਰੀ ਜਾਂਦੇ ਇੰਨੀ ਗੱਲ 'ਚ ਕਹਿੰਦੇ ਵੀ ਇਹ ਕਿਹੜਾ ਰੋਜ਼ ਰੋਜ਼ ਆਉਣਾ ਚੰਗੇ ਭਲੇ ਅੰਮ੍ਰਿਤਧਾਰੀ ਗੁਰਸਿੱਖ ਖਵਾਉਂਦੇ ਅਤੇ ਜਦੋਂ ਕੋਈ ਵਿਆਹ ਦਾ ਸਮਾਗਮ ਹੋਵੇ ਅਤੇ ਉੱਥੇ ਕੰਜਰੀਆਂ ਦੇ ਨਾਚ ਕਰਦੇ ਫਿਰਦੇ ਆਪ ਵੀ ਉੱਥੇ ਹੀ ਭੁੜਕਦੇ ਹੈ ਅਤੇ ਭੈੜੇ ਗਾਣੇ ਜੇ ਅੱਗੇ ਪੈਲਸਾਂ 'ਚ ਪਹੁੰਚਦੇ ਆ ਉੱਥੇ ਗਾਣੇ ਕੋਈ ਗੁਰਸਿੱਖ ਭਾਵਨਾ ਵਾਲਾ ਤਾਂ ਹੁਣ ਕਿਸੇ ਦੇ ਵਿਆਹ ਦੇ ਵਿੱਚ ਜਾ ਨਹੀਂ ਸਕਦਾ ਕਿਉਂਕਿ ਜੇ ਜਾਊਗਾ ਭਾਵੇਂ ਉਹਨੇ ਆਪ ਨਹੀਂ ਕੁਝ ਕਰਨਾ ਤਾਂ ਉਹ ਕੰਨਾਂ ਦੇ ਵਿੱਚ ਇੰਨੀ ਉੱਚੀ ਆਵਾਜ਼ ਕਰਕੇ ਬਦੋ ਬਦੀ ਉਹ ਨਾਚ ਗਾਣਾ ਗੰਦ ਤਾਂ ਪਾ ਹੀ ਦਿੰਦੇ ਆ ਨਾ ਜੇ ਕੋਈ ਕਵੇ ਵੀ ਚੱਲ ਤੂੰ ਤਾਂ ਸ਼ਗਨ ਦੇ ਕੇ ਹੀ ਆ ਜਾਣਾ ਵੀ ਸਾਨੂੰ ਕੀ ਵੀ ਉੱਥੇ ਜਾਂਦੇ ਆ ਉਹ ਜਿਹੜਾ ਭੈੜੇ ਬੋਲ ਹੁੰਦੇ ਹੈ ਅਤੇ ਕੰਨ ਦੇ ਵਿੱਚ ਤਾਂ ਆਵਾਜ਼ ਤਾਂ ਜਾਂਦੀ ਹੈ ਨਾ ਉੱਥੇ ਕਿਹੜਾ ਹੁਣ ਕੰਨਾਂ ਦੇ ਵਿੱਚ ਕੋਈ ਉਂਗਲਾਂ ਦੇ ਕੇ ਕੋਈ ਸਿੱਕਾ ਢਾਲ ਕੇ ਫਿਰ ਚਲੇ ਜਾਊਗਾ ਜੋ ਕੁਝ ਭੈੜਾ ਆਪਣਾ ਆਪ ਕਰਦੇ ਆ ਬਦੋ ਬਦੀ ਉਹ ਚੰਗੇ ਭਲੇ ਦੇ ਵੀ ਕੰਨਾਂ 'ਚ ਪਾ ਕੇ ਉਹਦਾ ਵੀ ਮਨ ਖਰਾਬ ਕਰਦੇ ਉਹਦਾ ਵੀ ਜੀਵਨ ਗਰਕ ਕਰਦੇ ਹਨ ਮਹਾਰਾਜ ਜੀ ਬਾਣੀ ਪੜ੍ਹਦੇ ਆ ਇਹ ਸਮਝ ਪੈਂਦੀ ਵੀ ਸਤਿਗੁਰੂ ਤਾਂ ਜਿਹੜੇ ਭਗਤੀ ਦੇ ਨਾਂ ਦੇ ਰਾਸਾਂ ਪਾ ਕੇ ਨੱਚਦੇ ਹੈ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਰਹੇ ਕਹਿੰਦੇ ਨਾ ਭਾਈ ਇਹ ਕੰਮ ਨਹੀਂ ਕਰਨਾ ਤਾਂ ਜਿਹੜੇ ਅੱਜ ਕੱਲ੍ਹ ਘਰਾਂ ਦੇ ਵਿੱਚ ਡੀ ਜੇ ਲਾ ਕੇ ਨੱਚਦੇ ਆ ਉਹਨਾਂ 'ਤੇ ਦੱਸੋ ਮਹਾਰਾਜ ਜੀ ਕਿਵੇਂ ਸੰਤੁਸ਼ਟੀ ਹੋਵੇਗੀ ਕੈਸਾ ਸਾਡੇ ਲੋਕਾਂ ਪਖੰਡ ਪੜਿਆ ਤਿੰਨ ਦਿਨ ਸਪੀਕਰ ਲਾ ਕੇ ਮਹਾਰਾਜ ਦਾ ਨਾਮ ਚੱਲਦਾ ਅਤੇ ਫਿਰ ਜਿੱਦਣ ਭੋਗ ਪੈਂਦਾ ਉੱਦਣ ਰਾਤ ਨੂੰ ਵੀ ਡੀ ਜੇ ਅਗਲੇ ਦਿਨ ਵੀ ਡੀ ਜੇ ਅਤੇ ਡੀ ਜਿਆਂ ਦੇ ਫਿਰ ਭੈੜੇ ਗਾਣੇ ਭੈੜੇ ਨਾਚ ਮਹਾਰਾਜ ਸਾਡਾ ਕਿੱਥੇ ਭਲਾ ਕਰਨਗੇ ਸਾਨੂੰ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਦ੍ਰਿੜਤਾ ਹੋਣੀ ਚਾਹੀਦੀ ਹੈ ਭਾਵੇਂ ਕੋਈ ਵੀ ਹੋਵੇ ਇਹੋ ਜਿਹੀ ਭੈੜ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਤਾਂ ਹੀ ਬਖਸ਼ਿਸ਼ ਹੋਵੇਗੀ ਜੇ ਗੁਰੂ ਵਾਲੇ ਬਣ ਕੇ ਗੁਰੂ ਦਾ ਉਪਦੇਸ਼ ਵੀ ਕਮਾਵਾਂਗੇ ਜਿੰਨੇ ਆਪਾਂ ਗੁਰੂ ਘਰ ਆਉਂਦੇ ਹਾਂ ਜੇ ਇੰਨੇ ਕੀ ਸਮਝੀਏ
ਤਾਂ ਸੱਚਖੰਡ ਬਣ ਜੇ। ਪਰ ਪਤਾ ਇੰਨੇ ਜਿੰਨੇ ਆਉਂਦੇ ਆ ਉਹਨਾਂ 'ਚੋਂ ਕੋਈ ਇੱਕ ਅੱਧਾ ਹੀ ਹੈ ਜਿਹੜਾ ਨੇਪਰੇ ਚੜ੍ਹਦਾ, ਬਾਕੀ ਸਾਰੇ ਕਿਸੇ ਦਾ ਆਪਣਾ ਮਨ ਹੁੰਦਾ। ਕੋਈ ਨਿਆਣਿਆਂ ਦਾ ਬਹਾਨਾ ਬਣਾਉਂਦਾ, ਕੋਈ ਕਹਿੰਦਾ ਰਿਸ਼ਤੇਦਾਰ ਨਹੀਂ ਮੰਨਦੇ, ਕਰ ਕਰਾ ਕੇ ਬੇੜਾ ਗਰਕ ਅਸੀਂ ਆਪਣਾ ਆਪੇ ਕਰੀ ਜਾਂਦੇ ਹਾਂ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ, ਚੌਥੇ ਪਾਤਸ਼ਾਹ ਕਹਿੰਦੇ ਭਾਏ ਜੇ ਕਰਨਾ ਹੀ ਹੈ ਨਾ ਤਾਂ ਉਹ ਆਪਣਾ ਐਸਾ ਧਿਆਨ ਧਾਰੋ ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਹਰੀ ਨੂੰ ਹਿਰਦੇ ਦੇ ਵਿੱਚ ਸਦਾ ਧਿਆਵੋ, ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਚੇਤੇ ਰੱਖਿਆ ਕਰੋ ਜੇ ਭਗਤੀ ਕਰਨੀ ਹੈ। ਜੈ ਜੈਕਾਰ ਕਰੇ ਸਭ ਕੋਈ, ਤਾਂ ਫਿਰ ਸਾਰੇ ਤੁਹਾਡੀ ਜੈ ਜੈਕਾਰ ਕਰਨਗੇ ਸਭ ਸੰਤ ਭਗਤ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਤੁਹਾਡੇ ਗੁਣ ਗਾਉਣਗੇ ਵੀ ਧੰਨ ਹੈ ਵੀ ਇਹ ਪਰਮੇਸ਼ਰ ਦੇ ਨਾਮ ਨੂੰ ਸਦਾ ਹਿਰਦੇ 'ਚ ਜਪਦਾ ਤੇ ਆਉਂਦਾ ਰਹਿੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਯੋਗੀਆਂ ਦੇ ਬਹਾਨੇ ਦੇ ਨਾਲ ਅਤੇ ਰਾਸਧਾਰੀਆਂ ਦੇ ਬਹਾਨੇ ਦੇ ਨਾਲ ਉਹਨਾਂ ਨੂੰ ਤਾਂ ਸਿੱਖਿਆ ਦਿੱਤੀ ਹੈ, ਨਾਲ ਸਾਨੂੰ ਵੀ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ ਹੈ ਵੀ ਇਹ ਕੇਵਲ ਵਿਖਾਵਾ ਜਿਹਾ ਕਰਨਾ ਜਾਂ ਕਹਿਣਾ ਵੀ ਅਸੀਂ ਭਗਤੀ ਕਰਦੇ ਭਗਤੀ ਨਹੀਂ ਹੈ, ਭਗਤੀ ਤਾਂ ਇਹ ਹੈ ਵੀ ਹਿਰਦੇ ਦੇ ਵਿੱਚ ਧਿਆਓ ਅਤੇ ਸੰਗਤ ਵਿੱਚ ਜਪੋ ਵਾਹਿਗੁਰੂ 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 ਸਾਹਿਬਾਂ ਦੀ ਪਵਿੱਤਰ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਸਾਹਿਬ ਸੰਗਤ ਸਦਾ ਬਖਸ਼ਣ ਹਾਰ ਹੈ, ਬਖਸ਼ ਲੈਣਾ ਲੋਕ ਪਤੀਣ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਤਾ ਜੈ ਜੈ ਕਰੈ ਸਭ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ